हेलो एंड वेलकम गाइस, कमे आई होप तुसी सारे घैंट होवोगे। ते गाइस आपां पूरे घैंट आ, ते अज कहिंदे लोगो लगा दे गए टिक ते, हैना यार डायनासोर घैंट लगणगे भाई। ਇਹ ਤਾਂ ਕਹਿੰਦਾ ਇੱਕ ਰੈਲੀ ਕਿਤੇ ਲਾ ਦਈਏ। ਕੌਣ ਕਹਿੰਦਾ ਇੱਕ ਰੈਲੀ ਕਿਤੇ ਲਾ ਦਈਏ? ਆਹੋ ਕਾਲਾ ਕਹਿੰਦਾ ਇੱਕ ਰੈਲੀ ਕਿਤੇ ਲਾ ਦਈਏ, ਪਰ ਇਹ ਕਹਿੰਦਾ ਸਿਰ 'ਚ ਹੀ ਵੱਜੀ ਜਾਣੇ ਜਦੋਂ ਬੇਸ ਜੀ ਛੱਡੀ ਹੌਲੀ ਹੌਲੀ ਲੈ ਕੇ। ਇਹਨਾਂ 'ਤੇ ਤਾਂ ਇਹੀ ਖੜਨੇ ਹਨਾ, ਇਹੀ ਖੜ ਜਾਣੇ। ਇੰਨਾ ਬਹੁਤ ਆ ਟੇਪ ਜੀ ਯਾਰ, ਇਹ ਖੜਾ ਦਾਂਗੇ। ਅਤੇ ਵਲੋਗ ਦੇ ਵਿੱਚ ਗਾਈਸ ਇੱਕ ਤਾਂ ਆਪਾਂ ਲੁੱਗ ਲੁੱਗ ਲਾਉਂਦੇ ਹਾਂ, ਇੱਕ ਕੀ ਕਹਿੰਦੇ ਹੁੰਦੇ ਆਪਣੇ ਡੈੱਕ ਦੇ ਮਗਰ ਵੱਡੀ ਸਾਰੀ ਫੋਟੋ ਲਵਾਉਂਦੇ ਹਾਂ ਘੈਂਟ ਜੀ, ਠੀਕ ਆ? ਤੁਹਾਨੂੰ ਪਤਾ ਹੀ ਆ, ਜੇ ਦਿਨ ਚੱਲੀ ਜਾਂਦੇ ਉਹ ਜਿਹੇ ਹਿਸਾਬ ਨਾਲ ਆਪਾਂ ਫੋਟੋ ਲਵਾਵਾਂਗੇ। ਕਰਦਾ ਸੈੱਟ ਫਿੱਟ ਕੰਮ ਅੱਧੇ ਡਾਇਨਾਸੌਰ ਤਾਂ ਲਾਤੇ ਮੁੰਡੇ ਉਹ, ਅਤੇ ਇੱਕ ਪਾਸੇ ਰਹਿ ਗਏ ਅਤੇ ਇੱਕ ਪਾਸੇ ਲਾਤੇ ਮੇਰੇ ਹਿਸਾਬ ਨਾਲ। ਥੱਲੇ ਦੇ ਰਹੇ ਹਾਂ, ਥੱਲੇ ਵੀ ਇੱਕ ਹੀ ਲਾਇਆ, ਅਤੇ ਇਹਦੇ 'ਤੇ ਫੋਟੋ ਵੀ ਲਵਾਉਣੀ ਆ ਆਪਾਂ ਯਾਰ। ਉਹ ਸ਼ਾਮ ਨੂੰ ਆ ਕੇ ਲਵਾ ਕੇ ਲੈ ਜਾਵਾਂਗੇ, ਠੀਕ ਆ? ਹੁਣ ਪਿੰਡ ਨਾਲੇ ਕਿਹੜਾ ਕੁੜਾ ਕੱਢੇਗੇ, ਇੱਥੋਂ ਕੰਮ ਜਾਂ ਨਿਬੜ ਜਾਣਦੇ, ਮੁੜ ਕੇ ਹਨੇਰੇ ਜੇ ਥੋੜ੍ਹੀ ਪਿੰਡ ਲੈ ਜਾਵਾਂਗੇ ਯਾਰ। ਲਿਖਤਾ ਕਹਿੰਦੇ ਹੈ ਮੂਸੇ ਵਾਲੇ ਬਾਈ ਦਾ ਗਾਣਾ, ਸੱਚ ਬਸ ਚੇਂਜ ਕੀਤਾ ਥੋੜ੍ਹਾ ਜਿਹਾ। ਤੇ ਹੁਣ ਗਾਈ ਚੱਲਦੇ ਆਪਾਂ ਪਿੰਡ, ਤੇ ਸ਼ਾਮ ਨੂੰ ਬਾਈ ਕੋਲੇ ਫੇਰ ਆਵਾਂਗੇ, ਹੈ ਨਾ? ਉਦੋਂ ਬਾਅਦ ਦੇਖਾਂਗੇ, ਇੱਕ ਫੋਟੋ ਫੋਟੋ ਜੀ ਬਣਾਉਣੀ ਆ, ਸ਼ਾਮ ਨੂੰ ਬਣਾ ਲਾਂਗੇ। ਕਵੇਂ ਆ ਬੇਸ? ਕਹਿੰਦਾ ਹਲਾਉਂਦਾ ਮੈਨੂੰ ਇਹਦਾ ਨਾ ਯਾਰ ਆਏ ਤੱਕ। ਤੇ ਮੁੰਡੇ ਉਹ ਲਿਖਾਤਾ ਜਿਹੜਾ ਕੋਲ ਲਿਖਾਉਣਾ ਸੀਗਾ, ਇੱਕ ਇੱਥੇ ਡਾਇਨਾਸੌਰ ਲਿਖਾਉਣਾ ਸੀ ਉਹ ਪੱਟਿਆ ਗਿਆ ਸੀਗਾ, ਇਹ ਲਿਖਾਤਾ, ਠੀਕ ਆ? ਅਤੇ ਇੱਥੇ ਆਹ ਲਿਖਾਤਾ ਲਾ ਕੇ ਡਾਇਨਾਸੌਰ ਨਾ ਯਾਰ ਆਨੇ ਦਾਰੂ 'ਚ ਰੱਖੀ, ਨੀਵੇਂ ਨਹੀਂ ਉਹ ਲੰਘਦੇ, ਤੁਹਾਨੂੰ ਪਤਾ ਨੀਵੇਂ ਲੰਘਦੇ, ਪੱਗ ਢਿੱਲੀ ਹੋ ਗਈ ਕਹਿੰਦਾ ਆਏ ਨਾ ਕਹੋ ਯਾਰ। ਗਾਈ ਸਾਹ ਟਰਾਲਾ ਆਪਾਂ ਤਿਆਰ ਕਰਨਾ ਸ਼੍ਰੀ ਫਤਿਹਗੜ੍ਹ ਸਾਹਿਬ ਜਾਣ ਵਾਸਤੇ, ਅਤੇ ਡਾਇਨਾਸੌਰ ਸ਼ੈੱਡ ਦੇ ਵਿੱਚ ਵੀ ਨਹੀਂ ਵੜਦਾ ਸੀਗਾ, ਅਤੇ ਹੁਣ ਟਰਾਲਾ ਬਾਹਰ ਕੱਢਿਆ ਜਾਂਦੀ ਉਹਨਾਂ ਨਾਲ, ਅਤੇ ਟਰਾਲਾ ਪਾਈਏ ਹੁਣ ਗਾਈ, ਫਿਰ ਟਰਾਲਾ ਕਰਨ ਲੱਗ ਗਏ ਤਿਆਰ। ਆਖੜਾ ਆਪਣਾ ਡਰੈਗਨ, ਅਤੇ ਹੁਣ ਟਰਾਲੇ ਦੇ ਨਾਲ ਕਿਹੜੇ ਆ ਹਵਾ, ਇਹ ਸਾਰੀਆਂ ਲਾ ਦਈਏ, ਪੱਲੀਆਂ ਪੁੱਲੀਆਂ ਜਿਹੀਆਂ ਭੜੀਆਂ ਲਾ ਲਈ, ਲਾ ਕੇ ਤੇ ਯੂ ਜਾਂ ਪੈਪ ਇੱਥੇ ਲਾਉਂਦੇ ਹਾਂ, ਦੂਜਾ ਜੇ ਕੱਢ ਜਾ। ਗਾਈ ਪੈਪ ਕਸਤੀ ਆਪਾਂ, ਅਤੇ ਸਾਈਡਾਂ ਵਾਲੇ ਵੀ ਕਸ ਕੁਸ ਉੱਤੇ ਜਗਾੜ ਜਾ, ਹੁਣ ਰੱਸੇ ਹੀ ਬੰਨਦੇ ਆ, ਹਨਾ? ਹੋਰ ਟਰਾਲੀ ਕਰਦੇ ਨਹੀਂ ਤਿਆਰ ਆਪਾਂ, ਕਰ ਤਾਂ ਸਟਾਰਟ ਗਾਈਸ। ਹੁਣ ਜਿਹੜਾ ਰੱਸੇ ਪਾਉਂਦੇ ਪਏ ਆ ਫਤਿਹਗੜ੍ਹ ਸਾਹਿਬ ਜਾਣ ਵਾਸਤੇ ਥੱਲੇ ਦੇ, ਗਾਈਸ ਜਿਹੜਾ ਹੁਣ ਦੇਖੋ ਰੱਸੇ ਪਾਉਂਦੇ ਪਏ ਆ ਆਪਣੇ ਡਾਇਨਾਸੌਰ ਤੇ ਟਰਾਲੇ ਤੇ ਫਤਿਹਗੜ੍ਹ ਸਾਹਿਬ ਜਾਣ ਵਾਸਤੇ। ਦੇਖੋ ਸਾਰੇ ਜਣ ਲੱਗੇ ਹੋਏ ਆ। ਚਾਚਾ ਤੂੰ ਆਏ ਖੜਾ ਵਾ, ਕੰਮ ਕੁੰਮ ਕਰ ਲੈ ਕੋਈ। ਚਾਚਾ ਹਾਂਜੀ ਤੂੰ ਜਾਣਾ ਨੀ, ਇਹਦਾ ਮਤਲਬ ਤੂੰ ਕੰਮ ਵੀ ਨੀ ਕਰਾਉਣਾ। ਦੇਖ ਲਓ ਮੁੰਡੇ ਚਾਚਾ ਜਿਹੜਾ ਹੁਣ ਉਹ ਚੇਤ ਇਹਦਾ ਬੇਈਮਾਨ ਆ, ਤੇ ਕੰਮ ਨੀ ਕਰਾਉਂਦਾ ਪਿਆ ਇਹਦਾ ਚਿੱਤ ਬੇਈਮਾਨ ਆ, ਕਿਉਂਕਿ ਇਹਨੇ ਜਾਣਾ ਨੀ, ਇਹਨਾਂ ਨੇ ਜਾਣਾ ਹਜ਼ੂਰ ਸਾਹਿਬ, ਤੇ ਚਾਚੇ ਦਾ ਚਿੱਤ ਜਿਹੜਾ ਬੇਈਮਾਨ ਹੋ ਚੁੱਕਿਆ। ਅੱਧੋ ਵੀਰੇ ਆਏ ਹੋਏ ਆ ਜੌਨ ਡੀਅਰ ਟਰੈਕਟਰ ਵਾਲੇ, ਤੇ ਇਹ ਵੀ ਆਪਣੇ ਨਾਲ ਕੰਮ ਕਰਾਈ ਜਾਂਦੇ ਆ, ਤੇ ਆ ਹੈਗਾ ਜੱਟ ਸੀਰੀਜ਼ ਜੱਟ ਜਗਾੜੀ, ਇਹ ਹੈਗਾ ਜੱਟ ਜਗਾੜੀ, ਮੈਂ ਇੱਕ ਹੋਰ ਦਿੱਤਾ ਚੈਨਲ ਦਾ ਨਾਮ ਚੇਂਜ ਕਰਤਾ ਜੱਟ ਸੀਰੀਜ਼ ਤੋਂ ਜੱਟ ਜਗਾੜੀ, ਸਾਰੇ ਜਾ ਕੇ ਸਰਚ ਕਰੋ ਗਾਈਸ। ਗੱਦੇ ਹੁਣ ਜੇ ਤਾਂ ਹਨੇਰਾ ਬਾਹਲਾ ਹੋ ਗਿਆ ਤਾਂ ਲੈ ਹੀ, ਜੇ ਹਨੇਰਾ ਨਾ ਬਾਹਲਾ ਹੋਇਆ ਫਿਰ ਤਾਂ ਲੈ ਹੀ ਆਉਣੇ ਆ, ਤੇ ਜੇ ਹਨੇਰਾ ਜ਼ਿਆਦਾ ਹੀ ਹੋ ਗਿਆ ਹਨਾ ਫਿਰ ਨਹੀਂ ਲੈ ਕੇ ਆਉਣੇ, ਤੇ ਨਹੀਂ ਆਪਾਂ ਲੈ ਆਉਣੇ ਆ। ਤੇ ਦੇਖੋ ਹੁਣ ਪੂਰੇ ਤਿਆਰੀ ਸ਼ਿਆਰੀ ਕਰੀ ਜਾਂਦੇ ਉਂਡੇ, ਕਹਿੰਦੇ ਫਤਿਹਗੜ੍ਹ ਸਾਹਿਬ ਜਾਣ ਵਾਸਤੇ ਤਰਪਾਲਾਂ ਤਰਪੂਲਾਂ ਪਾ ਦੀਆਂ, ਹੁਣ ਲਾ ਦੇਣੀਆਂ ਕਹਿੰਦਾ, ਵਿੱਚ ਹਜੇ ਗੱਦੇ ਗੁੱਦੇ ਰੱਖ ਕੇ ਲਿਆਉਂਦੇ ਹਨਾ। ਮੈਂ ਤਾਂ ਚੱਲ ਵਿੱਚ ਬੈਠਣਾ ਹੀ ਨੀ, ਤੁਸੀਂ ਤਾਂ ਬੈਠੋਗੇ, ਤੂੰ ਵੀ ਨੀ, ਇਹ ਤਾਂ ਬਹਿ ਜਾ ਕਰੂ ਹਨਾ, ਨਹੀਂ ਨਹੀਂ ਉੱਥੇ ਜਾ ਕੇ ਤਾਂ ਬੈਠਾਂਗੇ ਹੀ। ਡਾਇਨਾਸੌਰ ਨੂੰ ਬਾਜ਼ਾਰ ਲਿਆਂਦਾ ਸੀਗਾ, ਤੇ ਆਪਾਂ ਨਾ ਦੋ ਤਿੰਨ ਕੰਮ ਕਰਨੇ ਸੀਗੇ, ਤੇ ਟਰਾਲਾ ਵੀ ਲਿਆਂਦਾ, ਸਾਰੇ ਜਾਣੇ ਡਾਇਨਾਸੌਰ ਵੰਨੀ ਦੇਖੀ ਜਾਂਦੇ, ਡੈੱਕ ਜੇ ਵੰਨੀ ਦੇਖੀ ਜਾਂਦੇ ਕਿ ਇੱਡਾ।
ਕੋਈ ਨਾ ਹਜੇ ਗਾਇਬ ਕਿਸੇ ਦਿਨ ਨਾ ਗਾਇਸ ਮੇਰੇ ਕੰਨ ਵਿੱਚ ਜਮਾ ਨਹੀਂ ਸੌਂਦਾ ਮੇਰੇ ਕਿਸੇ ਦਿਨ ਪਬਲਿਕ ਰਿਐਕਸ਼ਨ ਵਾਲੀ ਵੀਡੀਓ ਬਣਾਵਾਂਗੇ ਠੀਕ ਆ ਜੇ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰਕੇ ਦੱਸ ਦਿਓ ਜੇ ਪਬਲਿਕ ਰਿਐਕਸ਼ਨ ਵਾਲੀ ਵੀਡੀਓ ਚਾਹੀਦੀ ਹੈ ਤਾਂ ਮੁੰਡਿਓ ਤੇ ਬਾਕੀ ਹੁਣ ਆਪਾਂ ਕੱਲ ਨੂੰ ਜਾਣਾ ਫਤਿਹਗੜ੍ਹ ਸਾਹਿਬ ਅੱਜ ਤਿਆਰੀ ਵਾਰੀ ਕਰ ਲਓ ਠੀਕ ਆ ਗਾਇਸ ਡਾਊਨ ਫਿਲਮ ਜਿਹੜੀ ਆਪਾਂ ਕੀਤੀ ਸੀ ਛਤਰੀ ਦੀ ਉਹ ਵੀ ਲਾਉਂਦੇ ਹਾਂ ਹੁਣ ਤੇ ਤਾਰਾਂ ਤੂਰਾਂ ਇਹਦੀਆਂ ਲਾਤੀਆਂ ਆਪਾਂ ਠੀਕ ਆ ਕਿੱਧਰ ਦੀ ਕੱਢਤੀਆਂ ਤਾਰਾਂ ਬਸ ਠੀਕ ਆ ਇੱਧਰ ਦੀ ਕੱਢਤੀਆਂ ਤਿੰਨੇ ਤਾਰਾਂ ਠੀਕ ਆ ਇੱਥੇ ਇਹਨੂੰ ਕਹਿੰਦੇ ਆ ਕਿ ਇੱਥੇ ਯਾਰ ਉਹ ਇੱਥੇ ਤੱਕ ਉਹ ਕਰਦੇ ਕਿੱਧਰ ਗਿਆ ਟਾਈ ਲੋਕ ਮਾਰਦੇ ਸਵਾਰ ਕੇ ਯਾਰ ਤੇ ਉਹ ਸਲੀਬਾਂ ਚੜਾ ਦੇ ਮੈਂ ਤੈਨੂੰ ਦੱਸਦਾ ਜਿੱਥੇ ਜਿੱਥੇ ਚੜਾਉਣੀਆਂ ਵਾ ਕਾਹਦੀ ਛਤਰੀ ਦਾ ਕੰਮ ਨਿਬੜ ਗਿਆ ਆਪਣਾ ਹਨਾ ਕੱਲੀ ਕੇ ਰਾਂ ਟਰੈਕਟਰ ਤੇ ਲਾ ਦਿੰਦੇ ਹਨਾ ਇਹਨਾਂ ਦੀ ਮਸ਼ੀਨ ਵਾਲੇ ਕੱਪੜੇ ਨਾਲ ਹੀ ਸਾਫ ਕਰੀ ਜਾਂਦਾ ਸਾਫ ਨਿਕਲਦੀ ਪੂਰੀ ਹੈ ਨਾ ਤਾਲੀ ਵਾਲਾ ਕੰਮ ਕਹਿੰਦੇ ਸਿਰਾ ਹੀ ਕਰਦਾ ਤੇ ਬਾਕੀ ਦੱਸਿਓ ਬਾਈ ਸਾਰੇ ਜਾਣੇ ਫੋਟੋ ਕਮੇ ਲੱਗ ਰਹੀ ਆ ਆਪਾਂ ਨੂੰ ਤਾਂ ਬੜੀ ਪਿਆਰੀ ਫੋਟੋ ਲੱਗ ਰਹੀ ਆ ਬੜੀ ਗੈਣ ਲੱਗ ਰਹੀ ਆ ਲਾਣਾਗੇ ਯਾਰ ਏਡੀ ਕਿਡੀ ਗੱਲ ਗੱਲਾ ਚੜਾਈ ਤਾਂ ਵੱਜੀ ਨਹੀਂ ਕਹਿੰਦੇ ਹੁਣ ਦਿਖਾਈ ਕਰਨਾ ਬੜੀ ਗੱਲ ਲੱਗ ਮੈਂ ਵੀ ਛਤਰੀ ਛਤਰੀ ਲੱਗ ਗਿਆ ਟਰੈਕਟਰ ਪੂਰਾ ਬੰਬ ਲੱਗਦਾ ਜਮਾਂ ਕੈਲ ਪੀਸ ਕੈਲ ਪੀਸ ਜਮਾਂ ਕੋਕਾ ਪੀਸ ਐਂਡੀ ਹੋ ਗਿਆ ਫੋਟੋ ਦਿਖਾ ਬਾਬੇ ਦੀ ਫੋਟੋ ਦਿਖਾਓ ਤੁਸੀਂ ਬਾਬਿਆਂ ਦੀ ਵੇਖੋ ਕਿੰਨੀ ਘੈਂਟ ਦਾਦੀ ਆ ਬਾਈ ਸਿਰਾ ਹੋ ਗਿਆ ਫੋਟੋ ਵਾਲਾ ਦਾ ਜਮਾਂ ਹਾਂ ਰਾਜ ਕਰੇਗਾ ਖਾਲਸਾ ਆਖੀ ਰਹਿਣਾ ਕੋਈ ਇਧਰ ਆਪਣਾ ਬਾਈ ਕਾਲਾ ਲੱਗਿਆ ਪਿਆ ਪੂਰਾ ਜ਼ੋਰ ਲਾਇਆ ਪਿਆ ਤਾਰਾ ਲੱਗ ਰਿਹਾ ਅੱਜ ਕੱਲ ਤਾਂ ਪੂਰਾ ਜ਼ੋਰ ਲਾ ਕੇ ਪੂਰਾ ਜ਼ੋਰ ਲੱਗ ਰਿਹਾ ਸਾਰਾ ਜ਼ੋਰ ਬਾਈ ਐਂਡ ਕਰਾਈ ਜਾਂਦਾ ਬਾਈ ਥਾਪੜ ਵੀ ਲੈਣਾ ਵਿੱਚ ਹੀ ਹਾਂ ਇਹਦਾ ਪਹਿਲੇ ਨੰਬਰ ਨੇ ਲਾਈ ਹੋਈ ਹੈ ਇਹ ਹੁਣ ਬਾਹਰ ਲੈਟ ਲਾਉਣ ਲੱਗਾ ਬਾਈ ਬੋਲੋ ਵੀ ਕੰਮ ਹਾਂ ਬਾਈ ਨੂੰ ਕਰ ਲਓ ਫੋਲੋ ਥਾਪਰ ਗ੍ਰਾਫਿਕ ਹਾਂ ਹਾਂ ਕੋ ਆਈਡੀ ਵੈਸੇ ਸ਼ਾਪ ਦੇ ਬਣਾ ਦੇ ਯਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਕਿਹੜਾ ਫੋਲੋ ਐਂਡ ਸਬਸਕ੍ਰਾਈਬ ਨਾਓ ਹਾਂ ਪਤਾ ਕੀ ਗੱਲ ਆ ਮਗਰੋਂ ਦਿਖਾਉਣਾ ਲੱਗੀ ਮੈਂ ਦੱਸੋ ਕਿਵੇਂ ਲੱਗਦਾ ਆਵੇ ਹੀਰ ਤੇ ਭਈਆ ਹੀਰ ਤੇ ਹੋਰ ਕਰ ਲਈਏ ਆਏ ਦੱਸੋ ਬਾਬਿਓ ਵੀ ਡਾਇਨਾਸੌਰ ਹੁਣ ਕਿਵੇਂ ਲੱਗਦਾ ਮੂਰੇ ਝੰਡਾ ਇੱਕ ਲਾਤਾ ਤੇ ਇੱਕ ਆਪਾਂ ਲਾਉਣਾ ਇੱਥੋਂ ਵੇਖੋ ਓ ਵੇ ਦੇਖੋ ਇੱਧਰ ਛਤਰੀ ਛਤਰੀ ਕਾਸਤੀ ਮੁੰਡਿਆਂ ਨੇ ਲੱਕੀ ਕਹਿੰਦਾ ਪੂਰਾ ਫਾਰਮ ਚ ਆਇਆ ਹੋਇਆ ਹੈ ਹਾਂ ਗਾਇਸ ਦੀ ਛਤਰੀ ਲਾਤੀ ਆ ਤੇ ਤੁਹਾਨੂੰ ਨਾ ਚਲਾ ਕੇ ਦਿਖਾਉਂਦੇ ਆ ਦੇਖਣ ਚ ਯਾਰ ਲੁੱਕ ਕਿੰਨੀ ਘੈਂਟ ਲੱਗੀ ਜਾਂਦੀ ਹੈ ਯਾਰ ਬਾਬੇ ਦੀ ਕਿਰਪਾ ਨਾਲ ਜਿਹੜਾ ਕੰਮ ਵੀ ਕਰੀ ਜਾਂਦੇ ਆ ਨਾ ਵਧੀਆ ਹੋਈ ਜਾਂਦਾ ਯਾਰ ਓ ਕਾਤੇ ਓਏ ਕਾਦੇ ਤੇ ਚੜ ਕੇ ਆਏ ਆ ਬਾਈ ਬੱਸ ਨਹੀਂ ਮਿਲੀ ਨਹੀਂ ਬਾਈ ਇਹਨੂੰ ਕਿਹਾ ਸੀਗਾ ਇਹਨੂੰ ਕਿਹਾ ਸੀ ਊਂ ਤਾਂ ਲੈ ਆਵਾਂਗੇ ਜੇ ਕੋਈ ਨਹੀਂ ਮਿਲਦਾ ਤਾਂ ਯਾਰ ਬੰਦਾ ਆਪਣਾ ਪਹੁੰਚ ਓ ਪਿੱਛੇ ਹੀ ਬਹਿ ਕੇ ਆ ਜਾਂਦਾ ਓ ਕੱਟ ਕੱਢਦਾ ਬਾਈ ਧੰਨਵਾਦ ਬਾਈ ਤੁਹਾਡਾ ਯਾਰ ਬਹੁਤ ਬਹੁਤ ਸੋਹੀ ਫਾਰਮਰ ਆ ਚੁੱਕਿਆ ਕਹਿੰਦੇ ਮੇਰੇ ਵੀਰੇ ਉਹ ਕਵੇਂ ਲੱਗਦਾ ਛਤਰੀ ਲਾ ਕੇ ਦੱਸ ਛਤਰੀ ਹਾਂ ਉਹ ਦੀਂਦਾ ਹੀ ਨਹੀਂ ਕਹਿੰਦਾ ਛਤਰੀ ਲਾ ਤੀ ਇੱਕ ਤੈਨੂੰ ਚੀਜ਼ ਹੋਰ ਦਿਖਾਉਂਦੇ ਉਹਰੇ ਯਾਰ ਮੈਂ ਤਾਂ ਕੀ ਪਤਾ ਰੀਲ ਵੇਖ ਹੀ ਲਈ ਹੋਵੇ ਪਿੱਛੇ ਫਿਰ ਹੈ ਸਿਰਾ ਹੋ ਗਿਆ ਕਵੇਂ ਲੱਗਦੀ ਆ ਘੈਂਟ ਕੰਮ ਹੀ ਕੀਤਾ ਵੇਖ ਲਾ ਮਾੜਾ ਕਹਿ ਕੇ ਵਗਾਵੇ ਮਾੜਾ ਕਿਵੇਂ ਕਹਿ ਦੇਂਗੇ ਯਾਰ ਬਾਬੇ ਦੀ ਪੱਟਾ ਉਹ ਠੀਕ ਹੈ ਘੈਂਟ ਆ ਯਾਰ ਰਿਸਪੋਂਸ ਨੀ ਹੁੰਦਾ ਕੀ ਹੁੰਦਾ ਵਾ ਨਹੀਂ ਯਾਰ ਬਾਈ ਵੱਲ ਨੀ ਆਉਣਾ ਚਾਰ ਸਾਹਿਬਜ਼ਾਦਿਆਂ ਵਾਸਤੇ ਗਿਫਟ ਹੀ ਹਨਾ ਯਾਰ ਕਿ ਯਾਰ ਸਾਰੇ ਜਾਣਿਆਂ ਨੂੰ ਵਧੀਆ ਲੱਗੇ ਸਪੋਂਸਰ ਨਹੀਂ ਨਹੀਂ ਯਾਰ ਬਹੁਤ ਸੋਹਣੀ ਲੱਗੀ ਆ ਉਹ ਮੈਂ ਤਾਂ ਕਹਿੰਦਾ ਇੱਥੇ ਵੀ ਗੂੰਜ ਜੀ ਲਾਉਣ ਵਾਲੀ ਆ ਯਾਰ ਕੋਈ ਨਾ ਜੱਗੇ ਬਾਈ ਨੂੰ ਕਵਾਂਗੇ ਕਿ ਇੱਕ ਉਹ ਲਿਆ ਨਵਾਂ ਲਿਆਊਗਾ ਨਵਾਂ ਲਿਆ ਨਵਾਂ ਲਾ ਹੂੰ ਲੋਹੇ ਤੇ ਖੜਨਾ ਹੀ ਨਹੀਂ ਭਾਈ ਲੋਹੇ ਤੇ ਖੜ ਜੋ ਪਹਿਲਾਂ ਪੱਟਿਆ ਨਾ ਉਹਦੇ ਗੋਲ ਘੜ ਗਈ ਹੂੰ ਤੇ ਇੱਕ ਕੀ ਕਹਿੰਦੇ ਹੁੰਦੇ ਮੈਂ ਹੋਰ ਕੀ ਕਹਿਣ ਲੱਗਾ ਸੀ ਤੇ ਤਾਂ ਭੁੱਲ ਗਿਆ ਆਪੀਆਂ ਫੋਟੋਆਂ ਉਹ ਫੋਟੋਆਂ ਕਹੀ ਇਹਨਾਂ ਲਾਈਟਾਂ ਫੋਟੋ ਮਾ ਦਾ ਲਾਈਆਂ ਆਏ ਹਾਏ 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 ਬਹੁਤ ਘੈਂਟ ਲੱਗਦਾ ਯਾਰ
क्यों मानते हो मुंडियो लाइटा सैट करन वालिया इको जिया वो करन वालिया उचिया नीविया है एक ताणू एक ठाणू आ वो सैट करन वाली आ वो मैं कर लाइटा इको जिया करती थले नू जमा ओके है भाई भाई मिलना है केड़ा पिंड तेरा भाई इतो ही है ठीक है ठीक अज पहली बार मिले है ना तू तो नहीं तो सारे बागे पुराने दे आ गए होर चाचा ठंड मनी जाता चाचा इतो सैट लगता हूँ काम ओके रिपोर्ट हो गया अपना ठीक है जो लाइटा लुटा का छत भी करती एक मैं फोटो खिंच ला है ना थंबनेल वास्ते सोहनी जी लगेगी है ना मुंडे और मेरी एक फोटो खिंची बाबे ट्रैक्टर लै के अपा ठीक है हम ट्रैक्टर अंदर ला जाने ते चलदे घरे अज काम वाधू हो गया है ना मुंडियो आखो कमी पट्टिया गया भाई बे थोड़ी बाज दिया पट्टिया ही जाना यार नहीं यार गले चलावांगे कोई ना लाइटा किन्नी सोहनिया बजदी इन्हां ते देखो मुंडियो लाइट लवा गई के आ ला फोटो तो लाइट पवे है ना रिपोर्ट है ना लाइट भी सोहनी लगती ना आह लाइट ला के फोटो वधिया लगती जगती है पूरी ओके सेट आ चलो बाकी गाइस ठीक है जी आज की वीडियो वधिया लगी लाइक शेयर एंड कमेंट जरूर कर दो चैनल कर लो सबसक्राइब तो कल नू चलदे श्री फतेहगढ़ साहब सारे जरूर पहुँचो मत्था टेक के आयो थोनू भी पता है ना की दिन चल रहे हैं बाकी चलो ठीक है मुंडियो वीडियो वधिया लगी लाइक कर दो तो चैनल नू सबसक्राइब कर दो ਤੂਣਾ ਠਾ ਦਿਓ ਅੱਗ ਲਿਆ ਦਿਓ ਨੇਰੀ ਠਾ ਦਿਓ ਮੁੰਡਿਓ ਬਾਏ ਬਾਏ ਮੁੰਡੇ ਸਿਰ ਨੀ ਝਕਾਉਂਦੇ ਮਰਨਾ ਮਨਜੂਰਿਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰਿਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣੇ ਕਹਿਲੀ ਮੁੰਡਾ ਪੱਟਿਆ ਰਗਾਂ ਨੇ ਤੇਰੀ ਨੋਜ਼ ਪੈਨ ਦਾ ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।